के बदले ही जावांगे, देश पंजाब अपना नशा मुक्त बनावांगे। 50 प्लस लोगों दियां आई सर्जरीज कैटरैक्ट सर्जरीज फ्री करवाइया सी। 2020 विच मैं इत्थे पब्लिक टॉयलेट्स बनवाए सीगे ते आई थिंक सरपंच जी बड़े खुश होए सी कि पब्लिक बड़ी खुश है कि इत्थे टॉयलेट्स भी बन गए ने। ਇਹ ਪਿੰਡ ਸਾਡੀ ਫੈਮਲੀ ਹੈ, ਇਹ ਸਾਡਾ ਆਪਣਾ ਪਿੰਡ ਹੈ, ਇਹ ਇਕੱਲਿਆਂ ਮੈਂ ਨਹੀਂ, ਇਹ ਮੇਰੀ ਸਾਰੀਆਂ ਭੈਣਾਂ ਨੇ ਨਾਲ ਮਿਲ ਕੇ ਅਡੋਪਟ ਕੀਤਾ। ਸਾਡੀ ਸਾਰੀ ਟੀਮ ਬਹੁਤ ਸਪੋਰਟਿਵ ਹੈ ਅਤੇ ਅਸੀਂ ਪੂਰਾ ਆਪਣਾ ਜਿੰਨਾ ਕੁ ਰਿਸੋਰਸ ਲਗਾ ਸਕਦੇ ਹਾਂ ਉਹ ਲਗਾ ਕੇ ਇਸ ਪਿੰਡ ਦੇ ਜਿਹੜੇ ਵੈਲਫੇਅਰ ਲਈ ਅਸੀਂ ਜਿਹੜੀਆਂ ਵੀ ਚੀਜ਼ਾਂ ਕਰ ਸਕਦੇ ਹਾਂ ਅਸੀਂ ਜ਼ਰੂਰ ਕਰਾਂਗੇ। ਇਹਨਾਂ ਨੇ ਮੈਰਿਜ ਕਰਵਾਈਆਂ ਸਾਰਿਆਂ ਦੀਆਂ, ਜਿਨ੍ਹਾਂ ਦੇ ਵਿੱਚ 31,000 ਰੁਪਏ ਦੀ FD ਕਰਵਾ ਕੇ ਦਿੱਤੀ ਗਈ ਆ ਅਤੇ ਹੋਰ ਵੀ ਉਹਨਾਂ ਨੂੰ ਘਰੇਲੂ ਜ਼ਰੂਰਤਾਂ ਵਾਸਤੇ ਸਮਾਨ ਦਿੱਤਾ ਗਿਆ ਆ। ਬਹੁਤ ਵਧੀਆ ਗੱਲ ਹੈ, ਆਈ ਥਿੰਕ ਸੋ ਕਿ ਦੇ ਬਿਕਮ ਆਈਕੋਨ ਫੋਰ ਅਦਰ ਵੁਮੈਨ ਆਲਸੋ, ਬਿਕੋਜ਼ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਪਿੰਡਾਂ ਵਾਸਤੇ ਉੱਠ ਕੇ ਆਉਂਦੇ ਨੇ। ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲਣ ਦੀ ਗੱਲ ਹਰ ਕੋਈ ਕਰਦਾ ਹੈ, ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਪੰਜਾਬ ਦੇ ਐਸੇ ਖੁਸ਼ਹਾਲ ਪਿੰਡ 'ਚ ਲੈ ਕੇ ਆਏ ਹਾਂ ਜਿਸ ਦੀ ਨੁਹਾਰ ਸਰਕਾਰ ਨੇ ਨਹੀਂ ਬਲਕਿ ਪੰਜਾਬ ਦੀਆਂ ਸੁਪਰ ਕੁੜੀਆਂ ਨੇ ਬਦਲੀ ਹੈ। ਉਹਨਾਂ ਕੁੜੀਆਂ ਨੇ ਬਦਲੀ ਹੈ ਜਿਨ੍ਹਾਂ ਨੇ ਕਿ ਆਪਣੇ ਜੀਵਨ ਦੇ ਵਿੱਚੋਂ ਸਮਾਂ ਕੱਢਿਆ ਔਰ ਇੱਕ ਪੂਰੇ ਪਿੰਡ ਨੂੰ ਹੀ ਅਡੋਪਟ ਕਰ ਲਿੱਤਾ ਗਿਆ। ਜੀ ਹਾਂ, ਤੁਹਾਨੂੰ ਇਹ ਗੱਲ ਕਾਫੀ ਹੈਰਾਨ ਕਰ ਦੇਣ ਵਾਲੀ ਹੋਏਗੀ ਕਿ ਕਿਆ ਇੱਕ ਪਿੰਡ ਨੂੰ ਅਡੋਪਟ ਕੀਤਾ ਜਾ ਸਕਦਾ। ਤੁਸੀਂ ਦੇਖੋ ਕਿ ਇਸ ਪੰਜਾਬ ਦੀ ਸਭ ਤੋਂ ਖੂਬਸੂਰਤ ਤਸਵੀਰ, ਸਭ ਤੋਂ ਖੂਬਸੂਰਤ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਪਿੰਡ ਦੀਆਂ ਕੁੜੀਆਂ ਦੇ ਨਾਲ ਇਹ ਸ਼ਹਿਰ ਦੀਆਂ ਜਿਹੜੀ ਲੜਕੀਆਂ ਆਈਆਂ ਨੇ ਉਹ ਗੱਲਬਾਤ ਕਰ ਰਹੀਆਂ ਨੇ, ਖੁਸ਼ੀਆਂ ਮਨਾ ਰਹੀਆਂ। ਸਭ ਤੋਂ ਪਹਿਲੇ ਖੁਸ਼ੀਆਂ ਦੇ ਖੇੜੇ ਕੀ ਨੇ ਉਹ ਵੀ ਸੁਣਦੇ। ਮਤਲਬ ਪਤਾ ਕਿ ਜਿਹੜਾ ਨਸ਼ਾ ਮੁਕਤ ਬਣਾਵਾਂਗੇ ਪੰਜਾਬ ਨੂੰ, ਇਹ ਗਾਣੇ ਦਾ ਕੀ ਮਤਲਬ ਹੈ ਦੱਸੋ? ਕੌਣ ਇੱਕ ਵਾਰ ਦੁਬਾਰਾ ਬੁਲਾਓਗੇ ਜੀ? ਚਲੋ ਇੱਕ ਵਾਰ ਫੇਰ ਗਾਓ, ਜੋਰ ਜੀ ਗਾਓ। ਸ਼ਾਬਾਸ਼, ਮੂੰਹ ਇਹਦੇ ਕਰਕੇ ਸ਼ਾਬਾਸ਼, ਜਲਦੀ ਗਾਓ। ਅੱਗੇ ਵਧਦੇ ਹੀ ਜਾਵਾਂਗੇ, ਅੱਗੇ ਵਧਦੇ ਹੀ ਜਾਵਾਂਗੇ, ਦੇਸ਼ ਪੰਜਾਬ ਆਪਣਾ ਨਸ਼ਾ ਮੁਕਤ ਬਣਾਵਾਂਗੇ, ਦੇਸ਼ ਪੰਜਾਬ ਆਪਣਾ ਨਸ਼ਾ ਮੁਕਤ ਬਣਾਵਾਂਗੇ। ਇਸ ਗਾਣੇ ਦਾ ਮਤਲਬ ਜਾਣਦੇ ਹੋ ਬੱਚਿਓ? ਇਸ ਗਾਣੇ ਦਾ ਮਤਲਬ ਤੁਸੀਂ ਕਹਿ ਰਹੇ ਹੋ ਦੇਸ਼ ਪੰਜਾਬ ਆਪਣਾ ਨਸ਼ਾ ਮੁਕਤ ਬਣਾਵਾਂਗੇ, ਉਹਦਾ ਕੀ ਮਤਲਬ ਹੈ? ਪਤਾ ਬਿਲਕੁਲ, ਤੁਸੀਂ ਦੇਖੋ ਕਿ ਅੱਜ ਖੁਸ਼ੀਆਂ ਤੁਸੀਂ ਦੇਖੋ ਕਿਵੇਂ ਸੈਲੀਬ੍ਰੇਟ ਕੀਤੀਆਂ ਜਾ ਰਹੀਆਂ ਔਰ ਇਸ ਪਿੰਡ ਨੂੰ ਇਹਨਾਂ ਵੱਲੋਂ ਅਡੋਪਟ ਕੀਤਾ ਗਿਆ ਹੈ। ਤਾਂ ਅਡੋਪਟ ਜਿਹੜਾ ਹੈ ਉਹ ਮੀਤਾ ਮਹਿਰਾ ਵੱਲੋਂ ਕੀਤਾ ਗਿਆ ਸੀ। ਬਿਲਕੁਲ, ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੀ ਸਭ ਤੋਂ ਖੂਬਸੂਰਤ ਤਸਵੀਰ ਜੇਕਰ ਹੋਏਗੀ ਤੇ ਸ਼ਾਇਦ ਇਹੋ ਹੀ ਤਸਵੀਰ ਹੋਏਗੀ। ਤਾਂ ਮੈਮ ਤੁਹਾਡੇ ਵੱਲੋਂ ਇਸ ਕਿਆ ਸਕੂਲ ਨੂੰ ਅਡੋਪਟ ਕੀਤਾ ਗਿਆ ਕਿ ਪਿੰਡ ਨੂੰ ਅਡੋਪਟ ਕੀਤਾ? ਪਿੰਡ ਜੀ, ਪਿੰਡ ਸਕੂਲ ਤੇ ਪਿੰਡ ਦਾ ਬਹੁਤ ਹੀ ਸਭ ਤੋਂ ਸਾਡਾ ਖੂਬਸੂਰਤ ਹਿੱਸਾ ਹੈ, ਪੂਰਾ ਪਿੰਡ ਅਡੋਪਟ ਕੀਤਾ ਇੱਥੇ। ਕਿਵੇਂ ਮਨ 'ਚ ਖਿਆਲ ਆਇਆ ਕਿ ਪਿੰਡ ਨੂੰ ਹੀ ਅਡੋਪਟ ਕਰਨਾ ਚਾਹੀਦਾ? ਬਸ ਜਦ ਮੈਂ ਐਕਚੁਅਲੀ ਫਲੋ ਦੀ ਚੇਅਰਪਰਸਨ ਬਣੀ ਸੀਗੀ ਤਦ ਇੱਕ ਇਨੀਸ਼ੀਏਟਿਵ ਚੁੱਕਿਆ ਸੀ ਕਿ ਇੱਕ ਕੋਈ ਪਿੰਡ ਮੈਂ ਅਡੋਪਟ ਕਰਨਾ ਜਿੱਥੇ ਥੋੜ੍ਹੇ ਜਿਹੇ ਚੇਂਜਿਸ ਅਸੀਂ ਲਿਆਈਏ, ਬੱਚਿਆਂ ਦੇ ਨਾਲ ਕੰਮ ਕਰੀਏ। ਹੈਲਥ ਕੇਅਰ ਵਾਜ਼ ਮਾਈ ਮੇਨ ਮੋਟਿਵ, ਮੇਰਾ ਹੈਲਥ ਕੇਅਰ ਸੀਗਾ ਅਤੇ ਮੈਂ ਆਪਣੇ ਈਅਰ ਵਿੱਚ ਓਮ ਪ੍ਰਕਾਸ਼ ਹੋਸਪਿਟਲ ਦੇ ਨਾਲ ਲੱਗ ਕੇ 50+ ਲੋਕਾਂ ਦੀਆਂ ਆਈ ਸਰਜਰੀਜ਼ ਕੈਟਰੈਕਟ ਸਰਜਰੀਜ਼ ਫ੍ਰੀ ਕਰਵਾਈਆਂ ਸੀਗੀਆਂ। ਸਕੂਲ ਦਾ ਮੇਨਟੇਨੈਂਸ, ਸਕੂਲ ਵਿੱਚ ਅਸੀਂ ਬਹੁਤ ਕੈਂਪਸ ਤਦ ਵੀ ਕੀਤੇ, ਉਸ ਤੋਂ ਬਾਅਦ ਮਨਜੋਤ ਸ਼ਿਖਾ ਹਿਮਾਨੀ, ਹੁਣ ਹਿਮਾਨੀ ਜੀ ਦਾ ਯਰ ਹੈਗਾ ਐਜ਼ ਚੇਅਰਪਰਸਨ, ਅਤੇ ਅਸੀਂ ਕੰਟੀਨਿਊਡ ਕੰਮ 4 ਸਾਲਾਂ ਤੋਂ ਇੱਥੇ ਕਰ ਰਹੇ ਹਾਂ। ਪਿੰਡ ਦੇ ਵਿੱਚ ਕੀ ਕੁਛ ਕਰਵਾਇਆ ਜਾਂਦਾ ਤੁਹਾਡੇ ਵੱਲੋਂ? ਸਾਡੇ ਵੱਲੋਂ ਹੁਣ ਅਸੀਂ ਸਕਿਲਿੰਗ ਸੈਂਟਰ ਖੋਲ੍ਹਿਆ, ਉੱਥੇ ਸਟਿਚਿੰਗ ਦਾ ਹਿਮਾਨੀ ਜੀ ਨੇ ਬੜਾ ਸਾਥ ਦਿੱਤਾ, ਸ਼ਿਖਾ ਦੇ ਯੋਰ ਵਿੱਚ ਸਟਾਰਟ ਹੋਇਆ ਸੀ, ਅਤੇ ਜਿਹੜੀ ਪਿੰਡ ਦੀਆਂ ਲੇਡੀਜ਼ ਨੇ ਜਿਨ੍ਹਾਂ ਨੂੰ ਇੰਟਰਸਟ ਸੀਗਾ ਕਿ ਅਸੀਂ ਸਿਲਾਈ ਸਿੱਖਣੀ ਹੈ ਜਾਂ ਜਿਨ੍ਹਾਂ ਨੂੰ ਆਉਂਦੀ ਵੀ ਸੀ, ਉਹ ਅੱਗੇ ਵੱਧ ਕੇ ਉਹਨਾਂ ਨੇ ਸੈਂਟਰ ਸਟਾਰਟ ਕੀਤਾ। ਅਸੀਂ ਪਬਲਿਕ ਟੋਇਲਟਸ ਵੀ ਬਣਾਏ ਇੱਥੇ ਕਿ ਗੁਰਦੁਆਰੇ ਅਤੇ ਚਰਚ ਦੇ ਨੇੜੇ, ਕਿਉਂਕਿ ਓਪਨ ਉੱਥੇ ਕੋਈ ਟੋਇਲਟ ਸੀਗੇ ਨਹੀਂ,
तो 2020 विच मैं इत्थे पब्लिक टॉयलेट्स बनवाए सीगे ते आई थिंक सरपंच जी बड़े खुश होए सी कि पब्लिक बड़ी खुश है कि इत्थे टॉयलेट्स भी बन गए ने। मैम औखा नहीं लगता क्योंकि इस पिंड नूं अडोप्ट करना, लोग एक बच्चा अडोप्ट कर लैन उहदे वास्ते काफ़ी मुश्किल आउंदी हैं और तुसीं सारा खर्चा करदे हो तो पैसा फिर किवें जनरेट होंदा? सॉरी मैं इंटरप्ट करांगी पर इह पिंड साडी फैमिली है, इह साडा अपना पिंड है, इह कल्लियां मैं नहीं, इह मेरी सारियां भैणां ने नाल मिल के अडोप्ट कीता ते इह साडा पिंड है, ਇਹ ਸਰਪੰਚਾਂ ਤੋਂ ਲੈ ਕੇ ਪੂਰੇ ਪਿੰਡ ਵਾਸੀਆਂ ਸਾਰਾ ਇਹ ਸਾਡਾ ਆਪਣਾ ਪਿੰਡ ਹੈ, ਪਿੰਡ ਹੈ, ਸਭ ਤੋਂ ਖੂਬਸੂਰਤ ਤਸਵੀਰ ਹੈ ਪੰਜਾਬ ਦੀ ਇਸ ਵੇਲੇ। ਤਾਂ ਮੈਮ ਫਿਰ ਵੀ ਇੱਕ ਫਾਈਨੈਂਸ਼ੀਅਲਸ ਬਹੁਤ ਵੱਡੇ ਚੀਜ਼ ਹੁੰਦੇ ਹੈ ਤੇ ਕਿਸ ਤਰ੍ਹਾਂ ਫਿਰ ਇਹਨੂੰ ਮੈਨੇਜ ਕੀਤਾ ਜਾਂਦਾ? ਸਰ ਸਾਡੀ ਸਾਰੀ ਟੀਮ ਬਹੁਤ ਸਪੋਰਟਿਵ ਹੈ ਤੇ ਬੂੰਦ ਬੂੰਦ ਨਾਲ ਸਾਗਰ ਬਣਦਾ ਤੇ ਇਕੱਲਿਆਂ ਤਾਂ ਕੁਝ ਹੋਇਆ ਨਹੀਂ ਅੱਜ ਤੱਕ। ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ ਵਿੱਚ ਟੀਮ ਦੀ ਸਪੋਰਟ ਬਹੁਤ ਜ਼ਰੂਰੀ ਹੈ, ਸਾਡੀ ਸਾਰੀ ਟੀਮ ਬਹੁਤ ਸਪੋਰਟਿਵ ਹੈ ਤੇ ਅਸੀਂ ਪੂਰਾ ਆਪਣਾ ਜਿੰਨਾ ਕੁ ਰਿਸੋਰਸ ਲਗਾ ਸਕਦੇ ਹਾਂ ਉਹ ਲਗਾ ਕੇ ਇਸ ਪਿੰਡ ਦੇ ਜਿਹੜੇ ਵੈਲਫੇਅਰ ਲਈ ਅਸੀਂ ਜਿਹੜੀਆਂ ਵੀ ਚੀਜ਼ਾਂ ਕਰ ਸਕਦੇ ਹਾਂ ਅਸੀਂ ਜ਼ਰੂਰ ਕਰਾਂਗੇ। ਅਤੇ ਨਾਲੇ ਅਸੀਂ ਸਕਿੱਲ ਸੈਂਟਰ, ਅਸੀਂ ਇੱਥੇ ਹੈਲਥ ਕੈਂਪਸ, ਫਾਈਨੈਂਸ਼ੀਅਲ ਲਿਟਰੇਸੀ ਪ੍ਰੋਗਰਾਮ ਵੀ ਅਸੀਂ ਕਰਾਇਆ। ਬਟ ਮੈਮ ਕਿਵੇਂ ਇੰਨਾ ਵੱਡਾ ਇਨੀਸ਼ੀਏਟਿਵ ਲੈਣ ਦਾ ਪ੍ਰੋਗਰਾਮ ਕਿਸ ਤਰੀਕੇ ਨਾਲ ਉਹਨੂੰ ਮੈਨੇਜ ਕਿਵੇਂ ਕੀਤਾ ਜਾਂਦਾ ਕਿਉਂਕਿ ਖਰਚਾ ਵੀ ਲੱਗਦਾ ਔਰ ਪਿੰਡਾਂ 'ਚ ਖਾਸ ਕਰਕੇ ਇਸ ਤਰ੍ਹਾਂ ਦੀ ਮੁਸ਼ਕਲ ਵੀ ਆਉਂਦੀ ਹੈ? ਜੀ ਬਿਲਕੁਲ ਖਰਚਾ ਲੱਗਦਾ ਹੈ ਪਰ ਜਿਹੜੇ ਸਾਡੇ ਇਨੀਸ਼ੀਏਟਿਵਸ ਹੈਗੇ ਨੇ ਉਹਨਾਂ ਵਿੱਚ ਸਾਨੂੰ ਬਹੁਤ ਅੰਮ੍ਰਿਤਸਰ ਤੋਂ ਵੀ ਸਪੋਰਟ ਮਿਲਦੀ ਹੈ, ਸਾਰੇ ਸਾਡੇ ਮੈਂਬਰ ਸਪੋਰਟ ਕਰਦੇ ਨੇ, ਸਾਡੀ ਐਗਜ਼ੀਕਿਊਟਿਵ ਟੀਮ ਸਪੋਰਟ ਕਰਦੀ ਹੈ, ਸਾਡੇ ਸਪੋਂਸਰਸ ਜਿਹੜੇ ਸਟੀਮਡ ਸਪੋਂਸਰਸ ਹੈਗੇ ਉਹ ਸਾਨੂੰ ਸਪੋਰਟ ਕਰਦੇ ਨੇ ਅਤੇ ਸਾਰਿਆਂ ਦੇ ਸਪੋਰਟ ਨਾਲ ਮਿਲ ਕੇ ਅਸੀਂ ਇਹ ਕੰਮ ਕਰ ਸਕਦੇ ਹਾਂ। ਐਂਡ ਆਪਣਾ ਪਿੰਡ ਹੈ, ਆਪਣਾ ਪਿੰਡ, ਸਾਡਾ ਪਿੰਡ ਹੈ, ਸਾਡੇ ਸਾਡਾ ਪਿੰਡ, ਸਾਡਾ ਪਿੰਡ ਹੈ, ਆਪਣਾ ਸਾਡਾ ਪਿੰਡ, ਸਾਡਾ ਆਪਣਾ ਪਿੰਡ ਹੈ। ਜੀ 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 ਤਾਂ ਤੁਸੀਂ ਵੇਖੋ ਕਿ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਸਰਪੰਚ ਸਾਹਿਬ ਕੀ ਇਨੀਸ਼ੀਏਟਿਵ ਕੀ ਹੈ, ਚੇਂਜ ਕੀ ਆਇਆ ਪਿੰਡ ਦੇ ਵਿੱਚ, ਬਦਲਾਵ ਦੀ ਗੱਲ ਕਰਦੇ ਹਾਂ ਆਪਾਂ, ਵੈਸੇ ਅੱਜ ਕੱਲ੍ਹ ਬਦਲਾਵ ਇੱਕ ਰਾਜਨੀਤਿਕ ਵਰਡ ਹੋ ਚੁੱਕਾ ਹੈ, ਲੇਕਿਨ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਕਿ ਜਦੋਂ ਪਿੰਡ ਨੂੰ ਅਡੋਪਟ ਕੀਤਾ ਗਿਆ ਤਾਂ ਉਸ ਤੋਂ ਬਾਅਦ ਕੀ ਬਦਲਾਵ ਹੈ? ਇਹ ਮੇਰੇ ਨਾਲ ਤਾਂ ਤੁਸੀਂ ਪਿੰਡ ਦੇ ਲੋਕਾਂ ਕੋਲੋਂ ਜਾ ਕੇ ਜ਼ਿਆਦਾ ਪੁੱਛੋਗੇ। ਸਰਪੰਚ ਸਾਹਿਬ ਜੀ, ਮੈਂ ਸਰਪੰਚ ਹੋ ਦਿੰਦਾ ਅਤੇ ਮੈਂ ਕਹਾਂਗਾ ਤਾਂ ਆਪਣੇ ਮੂੰਹੋਂ ਤਾਰੀਫ ਵਾਲੀ ਗੱਲ ਹੋ ਜੂਗੀ। ਦੱਸੋ ਸਾਨੂੰ ਪਰ ਜਦੋਂ, ਕਿਉਂਕਿ 2020 ਦੇ ਵਿੱਚ ਅਮਿਤਾ ਮੈਮ ਨੇ ਅਡੋਪਟ ਕੀਤਾ ਸੀ ਪਿੰਡ ਦੇ ਵਿੱਚ ਅਤੇ ਉਹਨਾਂ ਨੇ ਸਭ ਤੋਂ ਪਹਿਲਾਂ ਪਬਲਿਕ ਟੋਇਲਟ ਬਣਾਇਆ, ਸਕਿਲਿੰਗ ਸੈਂਟਰ ਖੋਲ੍ਹਿਆ, ਮਿਊਜ਼ਿਕ ਕਲਾਸਿਸ ਲਾਈਆਂ ਗਈਆਂ ਅਤੇ ਹੋਰ ਵੀ ਕਾਫੀ ਇਹਨਾਂ ਨੂੰ ਜਿੰਨੀ ਵੀ ਜੋ ਵੀ ਇਹਨਾਂ ਨੂੰ ਕਹੀਏ ਆਪਣੇ ਪੂਰੇ ਦਿਨੋਂ ਸਪੋਰਟ ਕਰਦੇ ਨੇ, ਜਾਂ ਕੋਈ ਕਿਸੇ ਦੇ ਪੇਸ਼ੈਂਟ ਦੇ ਇਲਾਜ ਦੇ ਵਿੱਚ ਕੋਈ ਵੀ ਮਦਦ ਹੋਣੀ ਹੋਵੇ ਉਹ ਕਰਵਾ ਦਿੰਦੇ ਨੇ ਅਤੇ ਪਿੱਛੇ ਇਹਨਾਂ ਨੇ ਮੈਰਿਜ ਕਰਵਾਈਆਂ ਸਾਰਿਆਂ ਦੀਆਂ, ਜਿਨ੍ਹਾਂ ਦੇ ਵਿੱਚ 31-31 ਹਜ਼ਾਰ ਰੁਪਏ ਦੀ FD ਕਰਵਾ ਕੇ ਦਿੱਤੀ ਗਈ ਆ ਅਤੇ ਹੋਰ ਵੀ ਇਹਨਾਂ ਨੂੰ ਘਰੇਲੂ ਜ਼ਰੂਰਤਾਂ ਵਾਸਤੇ ਸਮਾਨ ਦਿੱਤਾ ਗਿਆ ਆ ਅਤੇ ਜੋ ਵੀ ਇਹਨਾਂ ਦੀ ਜਿੱਥੇ ਵੀ ਆਪਣੇ ਪਿੰਡ ਵੱਲੋਂ ਸੇਵਾ ਲਵਾਈਏ ਅਤੇ ਇਹ ਦਿਲੋਂ ਪੂਰੀ ਸਪੋਰਟ ਕਰਦੇ ਨੇ ਸਾਡੇ। ਵਿਆਹ ਵੀ ਕਰਵਾਏ ਜਾਂਦੇ ਪਿੰਡ? ਹਾਂਜੀ ਕਰਵਾਏ ਜਾਂਦੇ ਜੀ। ਕੀ ਕਰਵਾਇਆ ਜਾਂਦਾ ਉਸ ਤੋਂ ਇਲਾਵਾ? ਸਾਰਾ ਜਿੱਦਾਂ ਤੁਹਾਨੂੰ ਦੱਸਿਆ ਵੀ ਅੱਗੇ ਵੀ 31-31 ਹਜ਼ਾਰ ਰੁਪਏ ਦੀ ਸਾਰੀਆਂ ਬੱਚੀਆਂ ਨੂੰ FD ਕਰਵਾ ਕੇ ਦਿੱਤੀ ਆ, ਜਿੰਨਾ ਉਹਨਾਂ ਦਾ ਖਰਚਾ ਸੀ ਵਿਆਹ ਵਾਲੇ ਦਿਨ ਦਾ, ਰੋਟੀ ਪਾਣੀ ਦਾ ਜਾਂ ਘਰੇਲੂ ਸਮਾਨ ਜੋ ਵੀ ਇਹਨਾਂ ਨੂੰ ਦਾਜ ਵਗੈਰਾ ਦੇਈਦਾ ਆ ਉਹ ਸਾਰਾ ਉਹਨਾਂ ਨੂੰ ਦਿੱਤਾ ਗਿਆ ਜੀ। ਤਾਂ ਪਿੰਡ 'ਚ ਸਕਿੱਲ ਸੈਂਟਰ 'ਚ ਕਿੰਨੇ ਕੁ ਬੱਚੇ ਤਿਆਰ ਹੋਏ ਆ ਇਹ ਤੱਕ? ਅਪਰੋਕਸੀਮੇਟਲੀ 50+ ਜਿਹੜੇ ਬੱਚੇ ਆ ਉਹ ਹੋ ਚੁੱਕੇ ਨੇ ਅਤੇ ਜਿਹੜੇ ਮਿਊਜ਼ਿਕ ਵਾਲੇ ਨੇ ਉਹ ਵੱਖਰੇ ਨੇ, 40-50 ਬੱਚੇ ਜਿਹੜੇ ਮਿਊਜ਼ਿਕ ਵੀ ਸਿੱਖ ਚੁੱਕੇ ਨੇ। ਤਾਂ ਤੁਸੀਂ ਦੇਖੋ ਕਿ ਬੱਚਿਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਘੁਲ ਮਿਲ ਰਹੇ ਨੇ, ਨਾਲ ਹੀ ਨਾਲ ਜਿਹੜੀ ਮੁਸ਼ਕਲਾਂ ਵੀ ਉਹ ਵੀ ਜਿਹੜੀਆਂ ਨੇ ਉਹ ਵੀ ਦੇਖੀਆਂ ਜਾ ਰਹੀਆਂ ਜੀ। ਅਸੀਂ ਤੁਸੀਂ ਦੇਖੋ ਕਿ ਲੋਕ ਅੱਜ ਇਸ ਪਿੰਡ ਨੂੰ ਦੇਖਣ ਵਾਸਤੇ ਆਉਂਦੇ ਨੇ ਤਾਂ ਉੱਥੇ ਹੋਰ ਵੀ, ਅਤੇ ਸਰ ਹੋਰ ਵੀ ਪਿੰਡ ਦੇ ਵਿੱਚ ਕਿੰਨਾ ਕੁ ਸੁਧਾਰ ਹੋਇਆ ਜਦੋਂ ਇਸ ਤਰ੍ਹਾਂ ਦੀ ਇਹਨਾਂ ਵੱਲੋਂ ਅਡੋਪਟ ਕੀਤਾ ਗਿਆ? ਕਾਫੀ ਚੇਂਜਸ ਆ ਗਏ ਨੇ ਪਿੰਡ ਦੇ ਵਿੱਚ ਹੁਣ ਤਾਂ, ਇਹ ਪਿੰਡ ਦੇ ਨਾਲ ਵਿੱਚ ਜਾ ਕੇ ਤੁਸੀਂ ਪਤਾ ਕਰੋਗੇ ਫਿਰ ਤੁਹਾਨੂੰ ਜ਼ਿਆਦਾ ਪਤਾ ਲੱਗੂਗਾ ਵੀ ਕਿੰਨੇ ਬਦਲਾਅ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਲੈ ਕੇ ਆਏ। ਬਿਲਕੁਲ, ਤਾਂ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਸ ਪਿੰਡ ਦੀਆਂ। ਤਾਂ ਕੁਛ ਹੋਰ ਵੀ ਇਸ ਪਿੰਡ ਦੇ ਜਿਹੜੇ ਲੋਕ ਨੇ ਤੁਸੀਂ ਦੇਖੋ, ਸੋਨੀਆ ਮਾਨ ਵੀ ਇੱਥੇ ਮੌਜੂਦ ਨੇ ਤਾਂ ਇਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂ ਮੈਮ, ਇਸ ਮੈਮ ਇੱਕ ਸਵਾਲ ਹੈ ਕਿ ਇਹਨਾਂ ਨੇ ਪਿੰਡ ਨੂੰ ਅਡੋਪਟ ਕੀਤਾ, ਕੀ ਸਮਝਦੇ ਹੋ ਕਿੱਡਾ ਕੁ ਨੇਕ ਉਪਰਾਲਾ ਤੁਸੀਂ ਸਮਝਦੇ ਹੋ? ਬਿਕੋਜ਼ ਤੁਸੀਂ ਵੀ ਪਿੰਡੂ ਖੇਤਰ ਤੋਂ, ਇਸ ਤਰ੍ਹਾਂ ਦੇ ਪਿੰਡਾਂ ਨੂੰ ਅਡੋਪਟ ਕਰਨਾ ਕਿੱਡੀ ਵੱਡੀ ਚੀਜ਼ ਹੈ? ਬਹੁਤ ਵਧੀਆ ਗੱਲ ਹੈ। ਆਈ ਥਿੰਕ ਸੋ ਕਿ ਦੇ ਬਿਕਮ ਆ ਆਈਕੋਨ ਫੋਰ ਅਦਰ ਵਿਮੈਨ ਆਲਸੋ, ਬਿਕੋਜ਼ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਪਿੰਡਾਂ ਵਾਸਤੇ ਉੱਠ ਕੇ ਆਉਂਦੇ ਨੇ, ਉਹ ਵੀ ਸ਼ਹਿਰੀ ਪੱਧਰ ਤੋਂ ਖਾਸ ਕਰਕੇ ਪਿੰਡਾਂ 'ਚ। ਤਾਂ ਅਸੀਂ ਦੇਖਦੇ ਹਾਂ ਖਾਸ ਕਰਕੇ ਜਿਨ੍ਹਾਂ ਨੇ ਪੋਲੀਟਿਕਸ ਕਰਨੀ ਹੁੰਦੀ ਹੈ ਉਹ ਤਾਂ ਲੋਕ ਆਉਂਦੇ ਨੇ ਬਿਕੋਜ਼ ਉਹ ਇਲੈਕਸ਼ਨਸ ਦੇ ਲਾਗੇ ਚਾਗੇ ਆਉਂਦੇ ਨੇ, ਹੈ ਨਾ, ਬਟ ਬਹੁਤ ਘੱਟ ਲੋਕ ਨੇ ਜਿਹੜੇ ਸ਼ਹਿਰ ਦੇ ਵਿੱਚੋਂ ਲਾਈਕ ਸਾਹਮਣੇ ਆ ਕੇ ਪਿੰਡਾਂ ਨੂੰ ਅਡੋਪਟ ਕਰਦੇ ਨੇ। ਐਂਡ ਆਈ ਬਿਲੀਵ ਜਦੋਂ ਫਾਰਮਰ ਪ੍ਰੋਟੈਸਟ ਹੋਇਆ ਸੀਗਾ ਉਦੋਂ ਵੀ ਬਹੁਤ ਘੱਟ ਲੋਕ ਸੀਗੇ ਜਿਹੜੇ ਸ਼ਹਿਰੋਂ ਫਾਰਮਰਸ ਨੂੰ ਸਪੋਰਟ ਕਰਦੇ ਸੀਗੇ, ਓਨਲੀ ਪਿੰਡਾਂ ਦੇ ਲੋਕ ਹੀ ਅੱਗੇ ਆਏ ਸੀਗੇ ਫਾਰਮਰਸ ਵਾਸਤੇ। ਅਤੇ ਮੈਨੂੰ ਲੱਗਦਾ ਹੈ ਕਿ ਫਾਰਮਰਸ ਦੀ ਜਿਹੜੀ ਸਾਨੂੰ ਰਿਸਪੈਕਟ ਹੈ ਉਹ ਕਰਨੀ ਚਾਹੀਦੀ ਕਿਉਂਕਿ ਉਹ ਸਾਡੇ ਅੰਨਦਾਤਾ ਆ, ਸਾਨੂੰ ਕਿਤੇ ਨਾ ਕਿਤੇ ਅੰਨ ਵੀ ਦਿੰਦੇ, ਉਹਨਾਂ ਦੀਆਂ ਫੈਮਲੀਜ਼ ਨੂੰ ਟੇਕ ਕੇਅਰ। ਸਪੋਰਟ, ਇਸ ਸਪੋਰਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਪਿੰਡ ਦੀ ਅਡੋਪਸ਼ਨ? ਅਸੀਂ ਸੁਣਿਆ ਕਿ ਇੱਥੇ ਸਕਿੱਲ ਸੈਂਟਰ ਵੀ ਦਿਖਾਇਆ ਸੀ, ਸਕਿੱਲ ਸੈਂਟਰ ਚੱਲ ਰਹੇ ਨੇ,
म्यूजिक क्लासेस चल रही ने बच्चों के जिड़िया लड़कियां शादियां की जाए उन्होंने 31,000 रुपया सगन भी दिता जाता दैट्स रियली नाइस बहुत वधिया आ असं भी सोच रहे थे सानू यही जी टीम लभ नहीं रही थी बिकॉज मेरे नाल दीपू है दीपू ने भी कोविड के इतने अपने पिंड राशन वंडिया रेशम ने किसान अंदोलन के सारी साड़ी टीम जिनी भी है राजस्थान से तो इन्होंने जी रैली करवाई थी सारे पार्टिसपेट इन्होंने किया वध चढ़ के लोगों को लेके आए थे सो मैं लगता है यह जे यूथ होवे यह जे सारे लोग मिल के सोसाइटी में एक चंगे मोड़ दे सकती है और मैं लगता है यह जे लोगों अगे आके होर भी इतों इंस्पीरेशन लैके होर भी पिंड अडोप्ट करने चाहिए बिल्कुल तो कुछ होर भी एक सवाल लाँगे मैम सपना की है तो इस पिंड वास्ते अगर तुम साडा पिंड कह रहे हो क्योंकि हुण तुहाडा घर बन चुका है तो इस घर वास्ते कोई स्पैशल सुपना तुम देखा हो जरा कोई पूरा करना चाहो पहला तो मैं थैंक यू कहना चाहवागी सोनिया जी का उन्होंने इन्नी वधिया गल कही कि उन्होंने यहोजी टीम नहीं लभ रही थी तो जिहड़े वो चेंजेस लियाना चाहते हैं पिंड विच असी उसका एक पार्ट उहनां दे नाल जरूर ड्रीम ऑफ माई ड्रीम फॉर दिस विलेज मैं चाहनी हाँ इतों का एक एक बच्चा जिहड़ा हैगा वो कामयाब होए अपने पैरों पर खड़ा होए ते नाले इत्थे पहुँचे उस लैवल ते पहुँचे कि अज असी इत्थे बैठे कह सकिए अच्छा ए साडे पिंड दा बच्चा है एक एक बच्चा इन्हां दे वेलफेयर वास्ते काम कीता जाए जी बिल्कुल बिकॉज यूथ इज़ आ फ्यूचर एंड यही जिहड़े चेहरे है जिहड़े इत्थे साडे नाल खड़े ने मैं चाहनी हाँ यह अपने पैरों पर खड़े होन इन्हां नूं प्रोपर गाइडेंस हेल्प रिसोर्स जो भी जरूरत है वो असी दे पाइए तो बिल्कुल पंजाब दियां ए सुपर गर्ल्स तुहानू दिखा रहे हैं इस वेले तुसी देखो कि इस वेले पंजाब दियां ए धीआं ने कुड़ियां ने और उन्हां वास्ते एक इनिशिएटिव जिहड़ा कीता गया है तो उसकी तस्वीर तुहानू सांझी कर रहे हैं और सब तो खूबसूरत तस्वीर है पंजाब की और इस पंजाब की खूबसूरत तस्वीर इस करके है कि इस तस्वीर के उन्हां बच्चियां नू जिहड़ा है रोज़गार दिता जा रहा उन्हां दा स्टेटस अपग्रेड किया जा रहा कि जिहड़ी लड़कियां दे सुपने जरूर होणगे लेकिन उन्हां नू कुछ मिल नहीं पाता लेकिन अमृतसर दियां इन्हां कुड़ियां वालों प्रयास किया गया और इन्हां छोटियां बच्चियां वास्ते हुण वेलफेयर स्कीम्स लियांदियां जा रही ने तो इस पिंड नू अडोप्ट किया गया तो पहली बार सामने आया कि किसी भी संस्था वालों किसी पिंड नू अडोप्ट करके उस दे विच अपना काम किया जा रहा होवे तो उम्मीद करते हैं लोग इस तरह अगे आन ताकि पंजाब के पिंडां नू इस तरह अडोप्ट किया जाए जिदा कि पंजाब के पिंडां दी जिहड़ी है नुहार जिहड़ी है वह बदली जा सके कैमरामैन अजय दे नाल सुमित खन्ना ग्रेट पंजाब टीवी अमृतसर